ਸ਼ਮੀਮ ਐਸਾ ਕਮਾਲ ਦਾ ਖਾਣਾ ਸੀ ਕੁਛ ਕਹਿ ਨਹੀਂ ਸਕਦਾ ਮੈਂ ਬਸ। ਪਾਪਾ ਸਾਰੇ ਪਰਾਂਠੇ ਤੇ ਤੁਸੀਂ ਖਾ ਗਏ। ਬਹੁਤੀ ਜ਼ੁਬਾਨ ਨਹੀਂ ਤੇਰੀ ਖੁੱਲ ਗਈ ਹੈ। ਆ ਮੈਂ ਰਾਤੀ ਕੰਮ ਹੈ ਦੁਕਾਨ ਤੋਂ ਲਿਆਉਣਾ ਸੀ, ਰਾਤੀ ਫਰਿੱਜ ਰੱਖਿਆ ਤੇ ਸੁਬਹ ਖਾਲੀ ਸੀ ਤੇ ਤੂੰ ਪੀਤਾ ਨਹੀਂ ਪੁੱਤਰ। ਕੇਲ ਕੋ ਐਸੇ ਫੜ ਗਿਆ, ਆ ਮੇਰੀ ਅੱਖ ਗਈ ਆ ਸ਼ਮੀਮ, ਆ ਮੇਰੀ ਅੱਖ, ਇੱਥੇ ਮੇਰੀ ਅੱਖ ਦਾ ਆਂਡਾ ਟੁੰਡ ਗਿਆ ਤੇ ਤੈਨੂੰ ਮਜ਼ਾਕ ਦੀ ਪਈ ਆ। ਆ ਡੈਡੀ ਆਪਣਾ ਭਲਾ ਤੂੰ ਸੌਣ ਚੱਲਣਾ? ਆਹੋ ਸੌਣ ਚੱਲਣਾ ਮੈਂ, ਦੱਸ ਦੋ ਪੂਰੇ ਪਿੰਡ ਨੂੰ। ਇੱਧਰ ਆ ਨਾ ਪਹਿਲਾਂ ਦਰਸ਼ਨ ਕਰ, ਸਾਰੀ ਰਾਤ ਤੂੰ ਸੁੱਤਾ ਰਹਿੰਦਾ, ਸੁਬਹ ਤੇਰਾ ਬਿਸਤਰ ਗਿੱਲਾ ਹੁੰਦਾ ਤੇ ਤੇਰੀ ਮਾਂ ਧੋਂਦੀ ਨਹੀਂ ਹੈ ਤੇ ਫਿਰ ਮੈਨੂੰ ਧੋਣਾ ਪੈਂਦਾ ਮਜਬੂਰਨ। ਵਿੱਚ ਵੜ ਤੂੰ, ਚੱਲ ਅੱਬਾ ਵਿੱਚ, ਤੂੰ ਮੇਰੇ ਬਹਿਣ ਦੀ ਜਗ੍ਹਾ ਨਹੀਂ ਹੋ ਜੇਦੇ ਨੂੰ ਵਿੱਚ ਫਸਾਤਾ ਜੇ। ਟੈਡੀ ਤੂੰ ਜੇ ਜ਼ਿੰਦਾ ਬਚ ਗਿਆ ਮੇਰੇ ਹੱਥੋਂ ਤੇਰਾ ਨਾਂ ਟੈਡੀ ਨਹੀਂ ਬਲਕਿ ਮੇਰਾ ਬਦਲ ਜਾਣਾ। ਜਿੰਨੇ ਵੀ ਗਿਆ ਚੰਗਾ ਹੀ ਗਿਆ, ਗੰਦੀ ਔਲਾਦ ਨਾ ਮਦਨ ਸਵਾਦ ਆ ਭੜ ਆ ਕੰਨਾਂ 'ਚ ਤੂੰ ਹੈ। ਨੀਚੇ ਸੇ ਬੁਰਸ਼ ਉਠਾਏਂਗੇ ਔਰ ਅੱਬਾ ਕੇ ਮੂੰਹ ਮੇਂ ਦੇ ਦੇਂਗੇ, ਏਕ ਦੋ ਏਕ ਦੋ। ਆਹ ਨਾਲੇ ਅੱਬਾ ਐਡਾ ਵੀ ਨਾ ਇਮੋਸ਼ਨਲ ਹੋ, ਰਾਤ ਗਈ ਬਾਤ ਗਈ, ਤੂੰ ਮੈਨੂੰ ਲੈਟਰਿਨ 'ਚ ਪਾਇਆ ਤੇ ਮੈਂ ਤੈਨੂੰ ਪਾਤਾ। ਵੇਖਦੀ ਹੈ ਸ਼ੰਮੋ, ਮੈਂ ਨਹੀਂ ਇਹਨੂੰ ਛੱਡਣਾ, ਅੱਜ ਮੈਂ ਨਹੀਂ ਛੱਡਣਾ, ਮੇਰਾ ਜਿੰਨਾ ਆਰਾਮ ਕਰਤਾ। ਅੱਬਾ ਹੁਣ ਇਹਨੂੰ ਛੱਡ ਦੇ, ਮੈਨੂੰ ਬੱਸ ਵੀ ਚਲਾਉਣੀ ਸਿਖਾਉਣੀ ਹੈ। ਨਹੀਂ ਤੂੰ ਮੇਰਾ ਮੁੰਡਾ ਖਰਾਬ ਕਰਤਾ, ਇੱਕ ਤੇ ਮੈਨੂੰ ਤੇਰੀ ਧੋਣ ਦਬਾਉਣ ਦਾ ਸ਼ੌਕ ਪੈ ਗਿਆ, ਉੱਤੋਂ ਤੂੰ ਨਾਲ ਜਾਂਦੀ ਬੱਸ ਵੀ ਲੈ ਕੇ ਆ ਗਿਆ ਤੇ ਡਰਾਈਵਰ ਵੇਖ ਲਓ। ਔਰ ਯੂੰ ਏਕ ਦਿਨ ਟੈਡੀ ਨੇ ਆਪਣੀ ਧੋਣ ਦਬਾਨੇ ਕੇ ਬਜਾਏ ਆਪਣੇ ਅੱਬੇ ਕਾ ਗਲਾ ਹੀ ਦਬਾ ਦਿਆ ਫਿਰ। ਔਰ ਯੂੰ ਹੀ ਆਜ ਕੀ ਐਪੀਸੋਡ ਖਤਮ।